वाहिगुरु जी का खालसा, श्री वाहिगुरु जी की फतेह। मैं परमात्मा की अरदास करदा कि तुसी सारे चढ़दी कला च रहो जी, महाराज थानू दिन दुगुनी रात चौगुनी तरक्की बख्शे तो सबनों दे रोकता बख्शे जी, सारे माणो जी अपनी अपनी जिंदगी दे विच आनंद। सो करवा चौथ वाला प्रोग्राम लंघ के हटिया जी, और तुसी सुखो भैण जिहड़े चैनल पर सारे ने देखिया सी वीडियो किदां दीआं पाईआं, कईआं दे दिलां नूं ठेस लगी, सॉरी है जी उहदे लई। ते उधर संदीप दे डैडी दा ऑपरेशन भी होया सी, ते रात 11 बजे दे करीब उन्हां दा फोन आ गया जी भी डैडी थोड़ा जिहा बाई दा घबरा रहा भी अखां चों पानी जिहा गिरी जांदा। ते संदीप रा नाल गल्लबात होई ते जिहड़े छोले पूरियां जिहा खाधियां जी उहदे नाल इहनां नूं दोहां नूं जी साइड इफेक्ट होया, पता नहीं इहनां ने ठंडा पानी पीता क्या करिया क्या नहीं, इह हुण रब जाणदा। विच खंघ एक जने का खंघ के बस बुरा हाल होया, दूसरी का बुखार, भाभी जी नूं बुखार बिचे जुखाम। हुण चलो मैं पहला उन्हां नाल मिलाउणा सानू, बाकी तां गल्लां हुण आपे दसूंगे। बुलाओ जी फतेह। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी की फतेह। परमात्मा तुहानूं खुश रखे, चढ़दियां कलां च रखे। असीं छोले पूरियां खा के कीने क्या तुहानूं बीमार होए? मैं कहना नहीं, छोले पूरियां खाण तो पहले ही सानू जुकाम गला हो गया था। मौसम चेंज हुंदा ना, उहदे करके भी आ कुछ। डैडी दी रात 11 बजे दा डैडी दा फोन आया, उहदे दिमाग ते इन्नी टेंशन हो गई भी मेरा तां हुण आया भी मैं तां रात तुहानूं कहिंदी भी मैं घर चली जावां। उधर दीदी ने मैं जाके ठालता, दीदी ने उतो भी मेरे नूं भी ज्यादा टेंशन ली। टेंशन तां भी की होए जांदी आ, हुण तुहानूं पता भी जिम्मेवारी चकणी बहुत बड़ी गल हुंदी है ना भई। पर चलो करने करोड़े वाला तां परमात्मा है भी, आपां जिथे तक अपनी कहिंदे बंदे दी बाह लगदी उत्थे तक आपां लाउने आ भी ठीक रहे, है ना भी। ऐ हो जांदा मन नूं भी कोई दिक्कत ना आ जाए। मैं वीर जी ने फोन करिया भी डैडी थोड़ी जी प्रॉब्लम हो गई, दिल धड़ दे चक हो गया था भी। हे वाहिगुरु सच्चे पातशाह, हुण इन्ना सिरे पर कम पहुंचे हुए आ भी, हुण आ के इन्ने इक लेके दद विचारे डोब देना, है ना। ਦਿਮਾਗ ਤੇ ਰੋੜ ਜਿਹਾ ਪੈ ਜਾਂਦਾ, ਪਰ ਉਹ ਟੈਂਸ਼ਨ ਹੋ ਗਈ। ਇੰਨੀ ਹੈ ਵੀ ਨਹੀਂ ਪ੍ਰੋਬਲਮ ਉਹਨਾਂ ਨੂੰ, ਬਾਥਰੂਮ ਦੀ ਪ੍ਰੋਬਲਮ ਤਾਂ ਕੱਦੀ ਹੋ ਆ। ਇਹ ਜਦੋਂ ਮੇਰੀ ਮੰਮੀ ਨੂੰ ਕਰੋਨਾ ਨਹੀਂ ਸੀ ਹੋਇਆ, ਡੈਡੀ ਨੂੰ ਦਾਖਲ ਕਰ ਲਿਆ ਤਾਂ ਰਾਜਪੁਰੇ, ਉਹ ਜਦ ਤੋਂ ਡੈਡੀ ਨੂੰ ਨਾ ਤਾਂ ਕਿਸੇ ਉਹ ਖਾਧਾ ਉਹਨਾਂ ਨੇ ਉੱਥੇ ਕੁਛ ਪਾਣੀ ਪੀਤਾ ਕੁਛ ਵੀ, ਉਹ ਜੱਦੀ ਉਹ ਬਾਥਰੂਮ ਦੀ ਦਿੱਕਤ ਆ ਉਹਨਾਂ ਨੂੰ, ਉਹ ਹੋਸਪਿਟਲ 'ਚ ਜਾਣ ਤੋਂ ਹੀ ਡਰਦੇ ਆ। ਮੈਂ ਤੈਨੂੰ ਕਹੀ ਤਾਂ ਜਾਂਦੀ ਹਾਂ ਵੀ ਉਹਨਾਂ ਨੇ ਦੇਖੋ 4 ਦਿਨ ਹੋ ਗਏ ਵੀ ਉਹਨਾਂ ਦਾ ਦਿਲ ਦਹਿਣ ਜਿਹਾ ਲੱਗ ਜਾਣਾ ਵੀ ਮੈਂ ਨਹੀਂ ਹੋਸਪਿਟਲ 'ਚ ਰਹਿਣਾ। ਉਹਦੇ ਕਰਕੇ ਰਾਤ ਉਹਨਾਂ ਨੇ ਜਦ ਮੈਨੂੰ ਕਿਹਾ ਇੱਕੋ ਦਮ, ਇਹ ਕਹਿੰਦੇ ਵੀ ਡੈਡੀ ਤੇਰੇ ਨਾਲ ਗੱਲ ਕਰਨ ਨੂੰ ਕਹਿੰਦਾ, ਮੈਂ ਤਾਂ ਇੱਕੋ ਦਮ ਉੱਭੜ ਕੇ ਉੱਠੀ ਵੀ ਹਾਏ ਕਿਆ ਹੋ ਗਿਆ। ਜਦ ਦਬਾਅ 'ਚ ਵੀਰ ਜੀ ਨੇ ਫਿਰ ਡੈਡੀ ਦਾ 2 ਵਜੇ ਮੈਨੂੰ ਫੋਨ ਆਇਆ ਵੀ ਮੈਂ ਠੀਕ ਹਾਂ, ਜਦ ਦਿਮਾਗ ਤੋਂ ਮਾੜਾ ਜਿਹਾ ਰੋੜ ਜਿਹਾ ਖਤਮ ਆਇਆ, ਨਹੀਂ ਤਾਂ ਮੈਂ ਤਾਂ ਰਾਤ ਇਹਨਾਂ ਨੂੰ ਕਹੀ ਜਾਵਾਂ ਵੀ ਹੁਣੇ ਚੱਲੋ ਡੈਡੀ ਕੋਲ ਨੂੰ, ਹੁਣੇ ਚੱਲੋ। ਦਿਮਾਗ 'ਤੇ ਟੈਨਸ਼ਨ ਹੈ ਆਪਣੋ ਆਪਣੀ ਆਪ ਇਹ ਹੋ ਜਾਂਦੀ ਹੈ। ਅਜੇ ਇਹਨਾਂ ਨੇ ਕਣਕ ਬੀਜਣ ਨੂੰ ਪਈ ਹੈ, ਸਾਰਿਆਂ ਨੇ ਕਣਕ ਬੀਜਤੀ। ਕੋਈ ਨੀ, ਕਣਕ ਨੂੰ ਤਾਂ 4-5 ਦਿਨ ਅੱਗੇ ਪਿੱਛੇ ਕਿਆ ਹੁੰਦਾ, ਹੋ ਜੂਗੇ। ਹੁਣ ਪਹਿਲਾਂ ਜਿਹੜਾ ਕੰਮ ਆ ਇਹ ਵੀ ਜ਼ਰੂਰੀ ਆ। ਮੈਂ ਉਹੀ ਤਾਂ ਕਹਿੰਦੀ ਆ ਨੂੰ ਵੀ ਆਪਾਂ ਜਾ ਆਉਂਦੇ ਆ ਭੱਜ ਕੇ ਡੈਡੀ ਕੋਲ ਨੂੰ ਵੀ ਡੈਡੀ ਦਾ ਮਨ ਹੋਰ ਹੋ ਜੂਗਾ। ਉਹ ਹਸਪੀਟਲ 'ਚ ਕੁਛ ਵੀਰ ਜੀ ਨਾਲ ਉਹਨਾਂ ਦਾ ਇੰਨਾ ਭੇਦ ਜਿਹਾ ਨਹੀਂ ਪਿਆ, ਪਰ ਕਰਦੇ ਵੀਰ ਜੀ ਸਾਡੇ ਨਾਲ ਦੋਵਾਂ ਨਾਲੋਂ ਵੀ ਜ਼ਿਆਦਾ, ਪਰ ਉਹਨਾਂ ਦਾ ਭੇਦ ਜਿਹਾ ਨਹੀਂ ਪਿਆ ਵੀਰ ਜੀ ਨਾਲ ਉਹਨਾਂ ਦਾ, ਉਹਦੇ ਕਰਕੇ ਵੀ ਥੋੜ੍ਹਾ ਜਿਹਾ ਉਹ ਕਰਦੇ ਹੋਣਗੇ। ਚੱਲ ਪਤਾ ਕਿਆ ਹੈ, ਮੈਂ ਤਾਂ ਇਹ ਕਹਿੰਦਾ ਵੀ ਦੇਖ ਹੁਣ ਜਾ ਕੇ ਤਾਂ ਕਿਆ ਕਰਨਾ, ਉੱਥੇ ਜਾ ਕੇ ਤਾਂ ਕੁਛ ਵੀ ਨਹੀਂ ਕਰਨਾ, ਪਰ ਜਿਹੜਾ ਆਪਣੇ ਹੌਸਲਾ ਜਿਹਾ ਹੋ ਜਾਂਦਾ ਹਾਂ, ਉਹ ਉਹਨਾਂ ਨੂੰ ਹੌਸਲਾ ਜਿਹਾ ਮਿਲ ਜਾਣਾ। ਹਾਂ ਆਪਣੇ ਨੂੰ ਦੇਖ ਕੇ ਵੈਸੇ ਬਹੁਤ ਜ਼ਿਆਦਾ ਫਰਕ ਪੈ ਜਾਂਦਾ। ਕੁਛ ਐ ਆ ਵੀ ਆਪਾਂ ਹੁਣ ਘਰ ਦੀ ਰੋਟੀ ਲੈ ਜਾਾਂਗੇ, ਉਹ ਘਰ ਦੀ ਰੋਟੀ ਖਾ ਕੇ ਵੀ ਬੰਦਾ ਆਟੋਮੈਟਿਕ ਠੀਕ ਹੋਣ ਦੀ ਕੋਸ਼ਿਸ਼ ਕਰਦਾ ਵੀ ਮੈਂ ਠੀਕ ਹਾਂ। ਜੇ ਹੁਣ ਉਹ ਬਾਰ ਬਾਰ ਹੌਸਪੀਟਲ ਦੀ ਰੋਟੀ ਤਾਂ ਉਹਨਾਂ ਨੂੰ ਪਸੰਦ ਹੀ ਨਹੀਂ, ਸ਼ੁਰੂ ਤੋਂ ਹੀ ਨਹੀਂ ਪਸੰਦ, ਗੱਲ ਅੱਜ ਦੀ ਨਹੀਂ ਹੈਗੀ ਵੀ ਉਹਨਾਂ ਨੂੰ ਹੁਣ ਨਹੀਂ ਪਸੰਦ, ਕਿਸੇ ਨੂੰ ਵੀ ਨਹੀਂ ਪਸੰਦ ਆਉਂਦੇ ਤਾਂ। ਉਹ ਇੱਕ ਦਿਨ ਬੰਦਾ ਖਾ ਲੂਗਾ, ਦੂਏ ਦਿਨ ਉਹਦਾ ਮਨ ਮੁੜ ਜਾਂਦਾ ਵੀ ਮੈਂ ਨਹੀਂ ਖਾਣੀ ਉਹ। ਬਿਮਾਰਾਂ ਜਿਹੀ ਵਾਲੀ ਰੋਟੀ ਹੁੰਦੀ ਆ ਉਹ। ਹੁਣ ਸਗੋਂ ਤੁਸੀਂ ਜਾਣ ਦੀ ਗੱਲਾਂ ਕਰਦੇ ਆ, ਜਾਣ ਮੋਟਰਸਾਈਕਲ ਦੀ ਨਾ ਤਾਂ ਆਪਣੇ ਦੀ ਨੰਬਰ ਪਲੇਟ ਆ, ਦੂਸਰੀ ਗੱਲ ਗੱਡੀ ਖੜੀ ਥੱਲੇ ਗੱਡੀ ਦੀ ਇੰਸ਼ੋਰੈਂਸ ਨਹੀਂ ਹੈਗੀ। ਕਦੇ ਘਰ 'ਚ ਕੋਈ ਚੀਜ਼ ਐਂ ਵੀ ਕਿਹਾ ਵੀ ਅੱਜ ਸਾਡੀ ਚੀਜ਼ ਸਹੀ ਆ, ਕਦੇ ਕਿਸੇ ਦਾ ਆ ਨਹੀਂ ਹੈਗਾ, ਕਦੇ ਕਿਸੇ ਦਾ ਆ ਨਹੀਂ ਹੈਗਾ। ਇਹਨਾਂ ਦੇ ਤਾਂ ਨਾ ਆਹੀ ਕੰਮ ਰਹਿਣੇ ਆ ਸ਼ੁਰੂ ਤੇ ਹੀ। ਮੈਂ ਕਿਆ ਕਰੂੰਗਾ, ਮੈਨੂੰ ਨੀ ਸਮਝ ਲੱਗਦੀ ਕੀ ਕਰਨਾ, ਮੈਂ ਤਾਂ ਡੈਡੀ ਕੋਲ ਨੂੰ ਜਾਣਾ।
ਡੈਡੀ ਕੋਲ ਬਿਮਾਰ ਤਾਂ ਤੂੰ ਹੁਣੇ ਹੋਈ ਵੀ ਹੈ। ਮੈਂ ਕੋਈ ਨਾ ਆਪਣੇ ਉੱਥੇ ਜਾ ਕੇ ਤਾਂ ਹੋਰ ਬੁਰਾ ਹਾਲ ਹੋਣਾ। ਮੈਂ ਦਵਾਈ ਲੈ ਲੈਣੀ ਆ ਬੁਖਾਰ ਦੀ। ਹਾਂ ਲੈ ਲੈਣੀ ਤਾਂ ਦਵਾਈ ਬੁਖਾਰ। ਮੈਂ ਜਾਣਾ ਡੈਡੀ ਕੋਲ। ਦੀਦੀ ਕਹਿ ਦੇ। ਮੈਂ ਤਾਂ ਆਪ ਕਹਿੰਦੀ ਆ ਵੀ ਤੂੰ ਜਾਇਆ ਵੀ ਕੀ ਲੈ ਜਾ। ਆ ਤੁਸੀਂ ਮੈਂ ਉਕੜਾ ਦੋ ਡਿੰਗਾਂ ਨਹੀਂ ਚੱਲ ਸਕਦੀ। ਮੈਨੂੰ ਥੋੜੀ ਜਿਹੀ ਸਾਹ ਦੀ ਦਿੱਕਤ ਹੋਈ ਸੀ। ਉਹ ਤਾਂ ਮੈਨੂੰ ਵੀ ਪਤਾ, ਤੁਹਾਨੂੰ ਮੌਸਮ ਚੇਂਜ ਕਰਕੇ ਇਹਨਾਂ ਨੂੰ ਸਾਹ ਵੀ ਹੋ ਗਿਆ। ਹਾਂ ਮੈਂ ਥੋੜਾ ਜਿਹਾ ਫੇਰ ਜਾਊਂਗੀ ਵਿੱਚ ਨੂੰ। ਪਤਾ ਕਿਆ, ਜੇ ਮੈਂ ਬਾਈ ਚਾਰਜ ਜ਼ਬਰਦਸਤੀ ਮੈਂ ਚਲੇ ਵੀ ਗਈ ਉੱਥੇ, ਦਵਾਈਆਂ ਦੀ ਆਟੋਮੈਟਿਕ ਮੈਨੂੰ ਹਾੜ ਦੀ ਬਹੁਤ ਜ਼ਿਆਦਾ ਚੜ ਜਾਣੀ। ਇਹ ਵੀ ਗੱਲ ਤੁਹਾਡੀ ਸਹੀ ਹੈ। ਮੈਂ ਕਹਿੰਦੀ ਹਾਂ ਵੀ ਤੂੰ ਜਾਇਆ ਇਹਨੂੰ ਲੈ ਕੇ ਜਾਣਾ। ਹੁਣ ਇਹ ਨਾ ਕਹੋ ਵੀ ਮੇਰੇ ਕੋਲ ਆਹ ਠੀਕ ਨਹੀਂ ਤਾਂ ਮੇਰੇ ਕੋਲ ਉਹ ਠੀਕ ਨਹੀਂ ਤਾਂ ਇਹਦੇ ਨਾਲ ਆਪੇ ਬੰਦੋਬਸਤ ਕਰੂਗਾ। ਚਲੋ ਬੱਸ ਪਰ ਲੈ ਕੇ ਜਾਇਆ। ਮੈਂ ਤਾਂ ਆਪ ਕਹਿੰਦਾ ਬੱਸ ਨੂੰ ਚੱਲੀਏ। ਬੱਸ ਨੂੰ ਨਿਆਣੇ ਨਾਲ ਸਫ਼ਰ ਹੋ ਜਾਊਗਾ, ਆਪੇ ਸਾਂਭੂਗਾ। ਰੀਤ ਨੂਰੀ ਛੱਡ ਜਾਣਾ ਆਪਾਂ ਨੇ। ਰੀਤ ਹਾਂ ਰਹਿਣੇ ਵਾਲੀ ਆ। ਰੀਤ ਤੂੰ ਮੰਮਾ ਕੋਲ ਰਹੂੰਗੀ? ਉਹ ਫਿਰ ਜੀ ਪੁੱਛ ਲੈ ਕਿਆ ਕਹਿੰਦੀ ਆ। ਪੁੱਛ ਲੋ ਬੁਲਾ ਉਹਨੂੰ। ਰੀਤ ਹੋਈ ਆ ਪੁੱਤ ਮੰਮਾ ਕੋਲ। ਤੂੰ ਆ ਮੰਮਾ ਕੋਲ ਰਹੂੰਗਾ, ਮੈਂ ਜਾਵਾਂ ਨਾ ਨਾ ਕਹਿੰਦੀ ਨਾ। ਲੈ ਜੂਗਾ ਬੱਪੂ, ਲੈ ਜੂਗਾ। ਖੇਲਣ ਦੀ ਪਈ ਪਈ ਹਸਪੀਟਲ ਦਾ। ਮੈਂ ਕਹਿੰਦਾ ਵੀ ਹਸਪੀਟਲ ਦੀ ਦਿੱਕਤ ਹੈਗੀ ਹੈ ਥੋੜੀ ਜਿਹੀ। ਇਹ ਮੈਂ ਮੰਨਦੀ ਹਾਂ ਵੀ ਬੱਚਿਆਂ ਨੂੰ ਇਨਫੈਕਸ਼ਨ ਦਾ ਬਹੁਤ ਖਤਰਾ। ਤੇ ਇੱਧਰ ਹੁਣ ਸੁੱਖੋ ਭੈਣ ਜੀ ਦਾ ਬਸ ਸਿਰ ਫੜੀ ਬੈਠੀ ਹੈ। ਇਹਨਾਂ ਦਾ ਤਾਂ ਕੰਮ ਨਹੀਂ ਹੁੰਦਾ, ਗਲਾਸ ਚੱਕਣ ਲੱਗੇ ਤਾਂ ਇਹਨਾਂ ਨੂੰ ਇੰਨਾ ਸਾਹ ਖਾਉਂਦਾ। ਅੱਛਾ ਗਲਾਸ ਕੁੜੀ ਕਿਵੇਂ ਸਾਂਭਣਗੇ ਨਾ ਨਿਆਣੇ ਆ ਘਰੇ। ਉੱਥੇ ਵੀਰ ਜੀ ਨੇ ਆਪੇ ਬਿਠਾ ਲੈਣੀ ਹੈ ਇਹ ਬਾਹਰ, ਠੀਕ ਹੈ? ਨਾਲੇ ਡੈਡੀ ਦਾ ਮਨ ਹੋਰ ਹੋ ਜਾਊਗਾ ਰੀਤ ਨੂੰ ਦੇਖ ਕੇ। ਤੇ ਵੀਰ ਜੀ ਗੱਡੀ ਚ ਲੈ ਆਉਣਗੇ। ਹਾਂ ਹੌਸਲਾ ਹੀ ਦੇਣਾ ਹੀ ਹੁੰਦਾ, ਹੌਸਲਾ ਹੀ ਦੇਣ ਜਾਣਾ ਆਪਾਂ ਨੇ। ਹੋਰ ਤਾਂ ਆਪਾਂ ਕਿਹੜਾ ਟੀਕੇ ਲਾਉਣ ਜਾਣਾ ਡੈਡੀ ਦੇ। ਪਤਾ ਕਿਆ ਹੁੰਦਾ ਵੀ ਕੋਈ ਜਿੰਨਾ ਮਰਜ਼ੀ ਲੱਖ ਕਰ ਲਓ, ਹੈ ਨਾ, ਇੱਕ ਗੱਲ ਹੈ ਜਿੰਨਾ ਮਰਜ਼ੀ ਲੱਖ ਕਰ ਲਓ, ਜਦੋਂ ਆਟੋਮੈਟਿਕ ਨਾ ਕੋਈ ਆਪਣਾ ਸਾਹਮਣੇ ਆ ਜਾਵੇ ਉਹਦੀ ਗੱਲੇ ਕੁਛ ਹੋਰ ਹੁੰਦੀ ਹੈ। ਹੁਣ ਡੈਡੀ ਦੀ ਧੀ ਆ, ਕੁਛ ਦੇਖੂਗਾ, ਮਨ ਨੂੰ ਹੌਸਲਾ ਜਾ ਕੁਛ ਐ ਆ ਵੀ ਮੈਂ ਹੈਗੀ ਔਰ ਇਕੱਲੀ ਹਾਂ। ਉਹ ਦੋਹੇ ਜਾਣੇ ਬਾਹਰ ਆ, ਸੁਰਿੰਦਰ ਤੋਂ ਵੀ ਨਹੀਂ ਜਾਇਆ ਜਾਣਾ। ਤੁਹਾਨੂੰ ਵੀ ਪਤਾ ਵੀ ਸੁਰਿੰਦਰ ਘਰ ਕਿਵੇਂ ਛੱਡ ਕੇ ਚਲੇ ਜਾਊਗੀ, ਠੀਕ ਹੈ? ਉਹਦੇ ਕਰਕੇ ਫਿਰ ਮੈਨੂੰ ਇਹ ਜਾਣਾ ਪੈਣਾ। ਬਾਥਰੂਮ ਕਰਨ ਆਉਣਾ ਨੇ, ਬਾਥਰੂਮ ਕਰਨ ਨੂੰ ਕਹਿੰਦੀ ਆ। ਚਲੋ ਠੀਕ ਹੈ ਜੀ, ਬਾਥਰੂਮ ਕਰਕੇ ਫਿਰ ਬਣਾਉਣਾ ਪ੍ਰੋਗਰਾਮ ਨਿਬੇੜ ਕੇ ਜੀ। ਇੱਧਰ ਵੀ ਸੁਣੋ ਮੇਰੀ, ਉਹ ਤੁਸੀਂ ਕਰਨ ਵੀਰ ਨੂੰ ਛੱਡਣ ਗਏ ਤੇ ਮੇਰੀ ਦਵਾਈ ਪਰ ਦਵਾਈ ਉਹਦੇ ਕਾਊਂਟਰ ਪਰ ਚੱਕਣੀ ਭੁੱਲ ਗਿਆ, ਉੱਥੇ ਰਹਿ ਗਈ। ਕੋਈ ਨਾ ਤਿਆਰ ਹੋ ਕੇ ਜਾਂਦੇ ਹੋਏ ਫੜ ਲੈ। ਸਵੇਰੇ 6 ਵਜੇ ਤੇ ਮੇਰਾ ਖੀਰ ਪੀਣਾ ਸ਼ੁਰੂ ਕਰ ਦਿੰਦੀ ਜੀ, ਦੋਵੇਂ ਜਣੀਆਂ ਐਂ ਕਰ ਲਾ ਐਂ ਕਰ ਲਾ ਐਂ ਕਰ ਲਾ। ਲੈ ਮੈਨੂੰ ਨੀ ਸਮਝ ਲੱਗਦੀ ਵੀ ਮੈਂ ਕਿਆ ਬਣਾਊਂਗਾ, ਮੇਰਾ ਕੁਛ ਨੀ ਸਮਝ ਲੱਗਦੀ ਮੈਨੂੰ। ਹੁਣ ਪਹਿਲਾਂ ਤਾਂ ਕੋਈ ਸਾਧਨ ਬਣਾਉਣਾ ਪੈਣਾ ਤੁਹਾਨੂੰ ਲਿਜਾਣ ਵਾਸਤੇ, ਫਿਰ ਗਾਹਾਂ ਗੱਲ ਚੱਲੂਗੀ ਕਿੱਦਾਂ ਕਿਆ ਬਣਨਾ ਕਿੱਦਾਂ ਨਹੀਂ ਜਾਣਾ। ਪਰ ਮੈਂ ਦਿਮਾਗ ਤੇ ਸੋਚ ਕਿਆ ਸੋਚਾਂ ਦਿਮਾਗ ਤੇ ਜਾਣਾ ਹੈ ਕਾਹ ਦੇ ਪਰ ਜਾਣਾ ਹੈ। ਹੁਣ ਤੁਸੀਂ ਰੋਟੀ ਤਾਂ ਖਾ ਲਈ, ਬਾਲਾ ਟਾਈਮ ਨਾ ਲਾਓ, ਡੰਗਰਾਂ ਦਾ ਕੰਮ ਨਿਬੇੜ ਕੇ ਆ ਕੇ ਕੱਪੜੇ ਪਾ ਲਓ, ਜਦ ਨੂੰ ਮੈਂ ਰੀਤ ਤਿਆਰ ਹੁੰਦੀ ਆ। ਲੋਕੀ ਇੱਕ ਵਾਰ ਲਾਉਣ ਦੇ ਪਹਿਲਾਂ ਕੋਕਲਾ ਨਾ, ਕੋਕਲੇ ਨੂੰ ਉੱਪਰ ਲਾ ਕੇ ਰੱਖਿਆ ਕਰ, ਕੋਕਲਾ ਕੋਕਲੇ ਦਾ ਰਾਜ ਆ। ਕਿਆ ਤਾਂ ਕੋਕਲੇ ਦਾ ਰਾਜ, ਤੈਨੂੰ ਨੀ ਪਤਾ ਹੈਗਾ? ਨਹੀਂ ਦੱਸਿਓ, ਨਹੀਂ ਮੈਂ ਹੁਣ ਤੁਹਾਨੂੰ ਪੁੱਛਦੀ ਹਾਂ, ਦੱਸ ਦੱਸ ਦੋ। ਅੱਛਾ
मेरा सदाई बनाई जाने कहना कोकला है कैप थोड़ो तुलसी का बूटा था जी ओ हो गया इन्होंने चाह बना बना के महीना हो गया पींदे ख्याल तू इधरली आ टाणे जी पट्टे दे खराब हो गई रीत देख लो जी इधर अपने काम कर लग गई रीत रीत ने कोकला छड़ता ऐ कच्चा खाईदा है करेले तलदे मेनू पता है साडे भी लगे उथे भांबरी बाथरूम ते फायदेमंद है ठंडा च जेड़े सियाणा दे हड्ड पैर थुकदे आ उहनां नूं भी तड़के बनावे उहदे लई भी फायदेमंद आ आपणे पापा जी जद तक खा सकदे यार जहर पर मैं डैडी नाल बहुत खादा है होर लू कर ला तसला मिट्टी खड़ाई जांदा पहली बार पूपू पीती आ पूपू पीती आ अपनी बैग ते मैनू बहुत चा होया पापा जी ने छेवीं पता नहीं सातवीं च मैनू साइकल दवाया भी तुसीं साइकल पर मैं बलजिंदर ने स्कूल जाई करना इन्ना खुश होना सी स्कूटर लेने आ गए पिंड किसी किसी घर स्कूटर होंगे मैं अपनी माता लड़ भिड़ के किसी का स्कूटर मंग के सानू लेके भेजा मम्मी ने स्कूल नू भी हाँ जा भी ले जा स्कूटर है ते नहीं स्कूटर तो अपनी हैगा तो ज्यादा सतानवे च ब्याह होया था अठानवे च स्कूटर ले लिया था सी नवा ही ले लिया था है ते अपने भाई स्कूटर पर ले गए उत्थे जाके मैं ते स्टार्टर होया मिस्त्री बुला के स्टार्ट कराया बेचारा वो रीत तेरे पुत कंडे बजने हां ए तां पट्टिया रीत ने दो दिनां च ते उस तों बाद हुण समां जा स्कूटर दे बाद हौली हौली गड्डियां पर आ गए मैं गड्डी चलाई सब तो पहला जा चाचा जी नूं पीजीआई नूं लेके गया वह भी किसी की मंग नहीं गड्डी लेके आउंदी ते ओ समय के मुताबिक सारा कुछ बदलता जाई जांदा इहनूं हुण चुप कराओ इहदा ला फड़ ला ले ला ला क्या ले ले जा कित्थे नूं जाणा ला बस सर जू चक ले जा हजा कहंदे जी इहनूं घरे छड्ड के जाणा चक ले चक ले चक ते पट्टे मेरे मुँह दा स्वाद इहनां ने जहर वर्गा करता नहीं इहनूं ना मिठा समझ मिठा समझ जी हाँ। पर थोड़ा ही पायो
यार वो क्या कर दूं मुला तेन तड़का ला के गर्म करके ना फिर सब्जी बन दी देखी जिमें हूं जी कट लिया है कट के दे कंडे तार देने हाँ, फिर इन छोटा छोटा कट के पीस तल लेने जिम्मे आप करेलिया सुकी सब्जी बना देने तरी लग के बनाने सियाने तो कितने खा जाता है सुका लिपी लिपी जी बना के मक्की दी रोटी चूर के बॉस वाला दे च टूइयां नहीं दुखदी हां मैं जाना डैडी कोल नु चलो मेरी दवाई फड़ लिया नाले मोटरसाइकिल दा हिल्ला कर लियो मोटरसाइकिल मैं अपने नाल दे जाना अमन नु जेड़ा मैंने ने लता ना मोटरसाइकिल ओ ले चलते अच्छा अच्छा ठीक है अपने नाल दे ਉਹਨੇ ਤਾਂ ਚੱਲ ਇੱਥੇ ਲੋਕਲ ਘੁੰਮਣਾ ਠੀਕ ਹੈ ਚਲੋ ਠੀਕ ਹੈ ਜੀ ਦੇਖਦੇ ਹਾਂ ਹੁਣ ਕਿਆ ਪ੍ਰੋਗਰਾਮ ਬਣਦਾ ਅਗਲਾ ਸੁੱਖੋ ਭੈਣ ਜੀ ਦੇ ਚੈਨਲ ਪਰੇ ਮਿਲੂਗਾ ਜੀ ਹੁਣ ਤੁਹਾਨੂੰ ਓਕੇ ਜੀ ਬਾਏ ਬਾਏ